ਰਾਹੁਲ ਗਾਂਧੀ ਕਰਨਗੇ ਪਟਿਆਲਾ ਜ਼ਿਲ੍ਹੇ ਵਿੱਚ ਟਰੈਕਟਰ ਰੈਲੀ। ਸਾਰੇ ਕਿਸਾਨ ਵੀਰ ਖਾਸ ਕਰਕੇ ਇਸ ਧਰਨੇ ਦੇ ਵਿੱਚ ਸ਼ਮੂਲੀਅਤ ਕਰਨ ਤਾਂ ਜੋ ਮੋਦੀ ਸਰਕਾਰ ਦੇ ਕੰਨਾਂ ਤੱਕ ਜਿਹੜੀ ਬੋਲੀ ਸਰਕਾਰ ਹੈ ਉਹਨਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚਾਈ ਜਾ ਸਕੇ ਕਿ ਕਿਸਾਨਾਂ ਲਈ ਜਿਹੜੇ ਤੁਸੀਂ ਘਾਤਕ ਫੈਸਲੇ ਲਾਗੂ ਕੀਤੇ ਨੇ ਉਹਨਾਂ ਨੂੰ ਵਾਪਸ ਕਰਾਉਣ। ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਆਰਡੀਨੈਂਸ ਖਿਲਾਫ਼ ਕਿਸਾਨਾਂ ਦਾ ਪ੍ਰਦਰਸ਼ਨ ਦਿਨ ਬਦਿਨ ਵੱਧਦਾ ਜਾ ਰਿਹਾ। ਕਿਸਾਨਾਂ ਵੱਲੋਂ ਆਏ ਦਿਨ ਕੋਈ ਨਾ ਕੋਈ ਧਰਨਾ ਲਾ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ ਜਾ ਰਿਹਾ। ਇਸ ਦੇ ਚਲਦਿਆਂ ਸਿਆਸੀ ਪਾਰਟੀਆਂ ਵੱਲੋਂ ਵੀ ਕਿਸਾਨਾਂ ਨੂੰ ਪੂਰਾ ਸਮਰਥਨ ਮਿਲ ਰਿਹਾ। ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਅੱਜ ਪਟਿਆਲਾ ਵਿਖੇ ਪਹੁੰਚਣਗੇ, ਜਿੱਥੋਂ ਦੀ ਕਿਸਾਨਾਂ ਸਮੇਤ ਰਾਹੁਲ ਗਾਂਧੀ ਨਾਲ ਟਰੈਕਟਰ ਰੈਲੀ ਕੱਢੀ ਜਾਵੇਗੀ ਅਤੇ ਇਹ ਰੈਲੀ ਹਰਿਆਣਾ ਵੱਲ ਨੂੰ ਰਵਾਨਾ ਹੋਵੇਗੀ। ਅਤੇ ਰਾਹੁਲ ਗਾਂਧੀ ਦੇ ਪਹੁੰਚਣ 'ਤੇ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲਦੀਆਂ ਨੇ। ਰੈਲੀ ਵਾਲੀ ਜਗ੍ਹਾ 'ਤੇ ਕਾਂਗਰਸੀ ਆਗੂ ਨੇ ਪੂਰੀ ਤਰ੍ਹਾਂ ਜਾਇਜ਼ਾ ਲਿਆ ਅਤੇ ਅਕਾਲੀਆਂ ਵੱਲੋਂ ਦਿੱਤੇ ਜਾ ਰਹੇ ਧਰਨੇ ਪ੍ਰਦਰਸ਼ਨ ਨੂੰ ਡਰਾਮਾ ਦੱਸਿਆ। ਤੁਸੀਂ ਵੀ ਵੇਖੋ ਇਸ ਵੀਡੀਓ ਨੂੰ। ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਆਲ ਇੰਡੀਆ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਜੀ ਨੇ ਪਟਿਆਲਾ ਵਿਖੇ ਪਹੁੰਚਣਗੇ। ਤੁਹਾਨੂੰ ਦੱਸਦੀ ਹੈ ਤਿਆਰੀਆਂ ਜਿਹੜੀਆਂ ਨੇ ਸ਼ੁਰੂ ਹੋ ਚੁੱਕੀਆਂ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦਾ ਪਟਿਆਲਾ ਦੇ ਵਿੱਚ ਜਿਹੜਾ ਖਾਸ ਤੌਰ 'ਤੇ ਟਰੈਕਟਰ ਜਿਹੜੀ ਹੈ ਰੈਲੀ ਔਰ ਕੀਤੀ ਜਾਵੇਗੀ ਜੋ ਕਿ ਹਰਿਆਣੇ ਵੱਲ ਕੂਚ ਕਰੇਗੀ। ਸੋ ਇੱਕ ਮਕਸਦ ਹੈ ਜੋ ਕਿ ਕਿਸਾਨਾਂ ਦੇ ਨਾਲ ਜਿਹੜਾ ਹੈ ਖਾਸ ਤੌਰ 'ਤੇ ਜਿਹੜਾ ਹੈ ਔਰ ਜਿਹੜਾ ਬਿੱਲ ਪਾਸ ਕੀਤਾ ਗਿਆ ਉਹਨਾਂ ਦੇ ਖਿਲਾਫ਼ ਜਿਹੜਾ ਖਾਸ ਤੌਰ 'ਤੇ ਜਿਹੜੀ ਹੈ ਰੈਲੀ ਕੱਢੀ ਜਾਵੇਗੀ। ਸੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪਟਿਆਲੇ ਦੇ ਮੁੱਖ ਮੰਤਰੀ ਦੇ ਸ਼ਹਿਰ ਦੀਆਂ ਤਸਵੀਰਾਂ ਨੇ। ਸੋ ਤਿਆਰੀਆਂ ਚੱਲ ਰਹੀਆਂ ਨੇ ਜਾਇਜ਼ਾ ਲੈਣ ਵਾਸਤੇ। ਖਾਸ ਤੌਰ 'ਤੇ ਡਿਪਟੀ ਕਮਿਸ਼ਨਰ ਤੋਂ ਇਲਾਵਾ ਉੱਚ ਅਧਿਕਾਰੀ ਪਹੁੰਚੇ ਸਨ ਅਤੇ ਸਾਡੇ ਨਾਲ ਮੌਜੂਦ ਨੇ ਕਾਂਗਰਸ ਕਮੇਟੀ ਦੇ ਜਿਹੜੇ ਨੇ ਸਕੱਤਰ ਮੌਜੂਦ ਨੇ ਜੋਗਿੰਦਰ ਸਿੰਘ ਕਾਕੜਾ ਜੀ। ਕਾਕੜਾ ਜੀ, ਕਿੱਦਾਂ ਦੀਆਂ ਤਿਆਰੀਆਂ ਨੇ ਅਤੇ ਕੀ ਰੂਟ ਰੇਖਾ ਬਣਾਈ ਗਈ, ਕਦੋਂ ਪਹੁੰਚਣਗੇ ਅਤੇ ਕੀ ਪੂਰਾ ਪਲੈਨ ਹੈ? ਇਹ 6 ਤਰੀਕ ਨੂੰ ਸਵੇਰੇ 10 ਵਜੇ ਰਾਹੁਲ ਜੀ ਨੇ ਇਸ ਸਥਾਨ 'ਤੇ ਪਹੁੰਚਣਾ ਜਿਹੜਾ ਕਿਸਾਨਾਂ ਦੇ ਬਿੱਲ ਪਾਸ ਕੀਤੇ ਨੇ ਕਿਸਾਨਾਂ ਦੇ ਵਿਰੁੱਧ 'ਚ। ਸਾਡਾ MSP ਖਤਮ ਕਰਤਾ, ਮੰਡੀਆਂ ਦਾ ਜਿਹੜੀ ਸਾਨੂੰ ਆਮਦਨ ਹੁੰਦੀ ਸੀ ਮੰਡੀਆਂ ਤੋਂ, ਸਾਰੀਆਂ ਸੜਕਾਂ ਡਿਵੈਲਪਮੈਂਟ ਪੰਜਾਬ ਦੀ ਹੁੰਦੀ ਸੀ, ਉਹ ਸਾਰਾ ਕੁਝ ਸਾਡਾ ਮੋਦੀ ਸਰਕਾਰ ਨੇ ਖਤਮ ਕਰਤਾ। ਉਹਦੇ ਰੋਸ ਧਰਨੇ 'ਚ ਸ਼ਾਮਿਲ ਹੋਣ ਵਾਸਤੇ ਸਾਡੇ ਰਾਹੁਲ ਗਾਂਧੀ ਜੀ, ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਪੰਜਾਬ, ਉਹਨਾਂ ਦੀ ਸਾਰੀ ਕੈਬਨਿਟ ਔਰ ਮਹਾਰਾਣੀ ਪਰਨੀਤ ਕੌਰ ਜੀ ਮੈਂਬਰ ਪਾਰਲੀਮੈਂਟ ਔਰ ਸਾਡੇ ਹਲਕੇ ਦੇ ਜਿਹੜੇ ਇੰਚਾਰਜ ਨੇ ਮੁੱਖ ਸੇਵਾਦਾਰ ਮੇਰੇ ਵੱਡੇ ਵੀਰ ਹਰਿੰਦਰਪਾਲ ਸਿੰਘ ਹੈਰੀਮਾਨ ਦੇ ਦਿਸ਼ਾ ਨਿਰਦੇਸ਼ ਅਸੀਂ ਕੰਮ ਕਰ ਰਹੇ ਹਾਂ, ਉਹ ਸਾਰੇ ਇੱਥੇ ਉਹ ਸ਼ਾਮਿਲ 6 ਤਰੀਕ ਨੂੰ ਸਵੇਰੇ 10 ਵਜੇ ਰੋਸ ਧਰਨੇ 'ਚ ਸ਼ਾਮਿਲ ਹੋ ਰਹੇ ਨੇ। ਔਰ ਅਸੀਂ ਅੱਜ ਸਵੇਰ ਤੋਂ ਨਾਲ ਮੀਟਿੰਗਾਂ ਵੀ ਕਰ ਰਹੇ ਹਾਂ, ਇਸ ਜਗ੍ਹਾ ਨੂੰ ਤਿਆਰ ਕਰਨ ਵਾਸਤੇ ਵੀ ਅਸੀਂ ਕੰਮ ਕਰ ਰਹੇ ਹਾਂ, ਸਾਡੀ ਸਾਰੀ ਟੀਮ ਲੱਗੀ ਹੋਈ ਹੈ। ਔਰ ਪਿੰਡਾਂ ਦੇ ਵਿੱਚ ਮੈਂ ਹੁਣ ਸਵੇਰੇ ਰੋਡ ਮੀਟਿੰਗ ਕਰਕੇ ਆਇਆ, ਹੁਣ ਬਿੰਜਲ ਕਰਕੇ ਆਇਆ ਔਰ ਸ਼ਾਮ ਨੂੰ ਫਿਰ 8-10 ਮੀਟਿੰਗਾਂ ਨੇ ਕਿ ਪਬਲਿਕ ਨੂੰ ਅਵੇਅਰਨੈਸ ਕਰਨ ਵਾਸਤੇ ਕਿ ਸਾਰੇ ਕਿਸਾਨ ਵੀਰ ਖਾਸ ਕਰਕੇ ਇਸ ਧਰਨੇ ਦੇ ਵਿੱਚ ਸ਼ਮੂਲੀਅਤ ਕਰਨ ਤਾਂ ਜੋ ਮੋਦੀ ਸਰਕਾਰ ਦੇ ਕੰਨਾਂ ਤੱਕ ਜਿਹੜੀ ਬੋਲੀ ਸਰਕਾਰ ਹੈ ਉਹਨਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚਾਈ ਜਾ ਸਕੇ ਕਿ ਕਿਸਾਨਾਂ ਲਈ ਜਿਹੜੇ ਤੁਸੀਂ ਘਾਤਕ ਫੈਸਲੇ ਲਾਗੂ ਕੀਤੇ ਨੇ ਉਹਨਾਂ ਨੂੰ ਵਾਪਸ ਕਰਾਓ। ਨੌਜਵਾਨਾਂ ਦੀ ਗੱਲ ਕੀਤੀ ਜਾਵੇ, ਨੌਜਵਾਨ ਕਿੰਨੀ ਕੁ ਜਿਹੜੇ ਤਦਾਦ ਦੇ ਵਿੱਚ ਸ਼ਿਰਕਤ ਕਰਨਗੇ, ਕਿਉਂਕਿ ਨੌਜਵਾਨਾਂ ਦਾ ਅੱਜ ਕੱਲ੍ਹ ਅਹਿਮ ਰੋਲ ਹੈ, ਕਿਸ ਤਰ੍ਹਾਂ ਜਿਹੜਾ ਡਿਵੈਲਪ ਕੀਤਾ ਜਾਊਗਾ? ਨੌਜਵਾਨ ਸਾਡਾ ਬੜਾ ਅੱਗੇ ਵੱਧ ਚੜ੍ਹ ਕੇ ਸਾਥ ਦੇ ਰਿਹਾ ਔਰ ਪਿਛਲੇ ਤਿੰਨ ਦਿਨ ਤੋਂ ਲਗਾਤਾਰ ਇਹ ਨੌਜਵਾਨਾਂ ਦੀ ਸਾਰੀ ਮਿਹਨਤ ਹੈ, ਨੌਜਵਾਨ ਹੀ ਸਾਰਾ ਕੁਛ ਅੱਗੇ ਲੱਗ ਕੇ ਕਰ ਰਹੇ ਨੇ ਔਰ ਬੜੇ ਤੁਸੀਂ ਦੇਖੋਗੇ 6 ਤਰੀਕ ਨੂੰ ਬੜੀ ਵੱਡੀ ਤਦਾਦ 'ਚ ਸਨੌਰ ਦੇ ਨੌਜਵਾਨਾਂ ਨੇ ਜਿੱਦਾਂ ਸਾਨੂੰ ਬਲਾਕ ਸਮਿਤੀ 'ਚ, ਚਾਹੇ ਜ਼ਿਲ੍ਹਾ ਪ੍ਰੀਸ਼ਦ 'ਚ, ਚਾਹੇ ਸਾਡੇ ਮਹਾਰਾਣੀ ਪਰਨੀਤ ਕੌਰ ਦੇ ਇਲੈਕਸ਼ਨ 'ਚ ਬੜਾ ਵੱਡਾ ਇੱਕ ਅਹਿਮ ਰੋਲ ਅਦਾ ਕੀਤਾ ਸੀ ਔਰ ਨੌਜਵਾਨਾਂ ਨੂੰ ਬੜਾ ਮਾਣ ਵੀ ਬਖਸ਼ਿਆ ਮਹਾਰਾਣੀ ਪਰਨੀਤ ਕੌਰ ਨੇ ਇਸ ਹਲਕੇ ਨੂੰ। ਮੈਂਬਰ ਪਾਰਲੀਮੈਂਟ ਜਿਹੜੇ ਨੇ ਸਾਡੇ, ਉਹ ਉਹਨਾਂ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਨੌਜਵਾਨ ਲਾਏ ਰਿੱਕੀ ਮਾਨ ਜੀ, ਜ਼ਿਲ੍ਹਾ ਦੇ ਜਿਹੜੇ ਸਾਡੇ ਬਣਾਏ ਸਾਰੇ ਟੀਮ ਬਣਾਈ ਹੈ ਯੂਥ ਦੀ ਉਹ ਸਾਰੀ ਹੈ ਔਰ ਜਿਹੜੀਆਂ ਯੂਥ ਦੀਆਂ ਟਿਕਟਾਂ ਦਿੱਤੀਆਂ ਨੇ ਮਨਿੰਦਰ ਫਰਾਂਸ ਵਾਲਾ, ਚਾਹੇ ਜ਼ਿਲ੍ਹੇ ਦੇ ਸਾਡੇ ਬਣਾਏ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ, ਇਹ ਵੀ ਯੂਥ ਦੇ ਨੇ ਔਰ ਸਾਡਾ ਸਾਰੇ ਰਿੱਕੀ ਮਾਨ ਦੀ ਅਗਵਾਈ ਦੇ ਵਿੱਚ ਸਾਰਾ ਯੂਥ ਬੜਾ ਸਰਗਰਮ ਹੈ ਔਰ ਬੜੇ ਪੱਬਾਂ ਭਾਰ ਹੋ ਕੇ ਇਸ ਰੋਸ ਧਰਨੇ 'ਚ ਸ਼ਾਮਿਲ ਹੋ ਰਹੇ ਨੇ ਬਹੁਤ ਵੱਡੀ ਗਿਣਤੀ 'ਚ। ਭਾਅ ਜੀ, ਕਿੰਨਾ ਕੁ ਉਤਸ਼ਾਹ ਤੁਸੀਂ ਨੌਜਵਾਨਾਂ ਨੂੰ ਇਕੱਠਾ ਕਰਕੇ ਜਿਹੜਾ ਰੈਲੀ ਦੇ ਵਿੱਚ ਪਹੁੰਚੋਗੇ, ਕੀ ਸੰਦੇਸ਼ ਜਾਊਗਾ ਇਹਦੇ? ਦੇਖੋ, ਰਾਹੁਲ ਗਾਂਧੀ ਜੀ ਦੀ ਫੇਰੀ ਹੈ, ਬਹੁਤ ਵੱਡਾ ਇੱਕ ਨੌਜਵਾਨਾਂ 'ਚ ਉਤਸ਼ਾਹ ਹੈ ਕਿਉਂਕਿ ਸਾਡੇ ਨੌਜਵਾਨਾਂ ਦੇ ਇੱਕ ਰੋਲ ਮਾਡਲ ਮੰਨੇ ਜਾਂਦੇ ਨੇ ਰਾਹੁਲ ਗਾਂਧੀ। ਸੋ ਬਹੁਤ ਵੱਡੀ ਗਿਣਤੀ ਦੇ ਵਿੱਚ, ਜਿਵੇਂ ਕਾਕੜਾ ਜੀ ਨੇ ਦੱਸਿਆ, ਸਾਡੇ ਹਲਕੇ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਜੀ ਅਤੇ ਸਾਡੇ ਵੱਡੇ ਵੀਰ ਰਿੱਕੀ ਮਾਨ ਜੀ ਦੀ ਅਗਵਾਈ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਇਸ ਰੋਸ ਧਰਨੇ ਵਿੱਚ ਸ਼ਾਮਿਲ ਹੋਣ। ਟਰੈਕਟਰਾਂ ਦੀ ਗੱਲ ਕੀਤੀ ਜਾਵੇ, ਕਿੰਨੇ ਕੁ ਟਰੈਕਟਰ ਜਿਹੜੇ ਮੌਜੂਦ ਹੋਣਗੇ, ਕਿਉਂਕਿ ਲਿਖਿਆ ਹੋਇਆ ਪਹਿਲੀ ਵਾਰ ਜਿਹੜੀ ਹੈ ਕਾਂਗਰਸ ਵੱਲੋਂ ਜਿਹੜੀ ਹੈ ਰੈਲੀ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਕੀਤੀ ਜਾ ਰਹੀ ਹੈ, ਕਿੰਨੇ ਕੁ ਟਰੈਕਟਰ ਸ਼ਾਮਿਲ ਹੋਣਗੇ? ਦੇਖੋ, ਸਾਡਾ ਅੰਦਾਜ਼ਾ ਜੀ 2000 ਤੋਂ ਲੈ ਕੇ 2500 ਦੇ ਵਿੱਚ ਹਲਕੇ ਸਨੌਰ 'ਚੋਂ ਟਰੈਕਟਰ ਆਉਣਗੇ। ਸਾਡਾ ਵੱਧ ਤੋਂ ਵੱਧ ਕੋਸ਼ਿਸ਼ ਰਹੂਗੀ ਵੀ 2000 ਤੋਂ ਲੈ ਕੇ 2500 ਦੇ ਵਿੱਚ ਟਰੈਕਟਰ ਅਸੀਂ ਇਕੱਲੇ ਹਲਕੇ ਸਨੌਰ ਦੇ ਕੱਢੀਏ। ਅਕਾਲੀ ਦਲ ਦੀ ਗੱਲ ਕੀਤੀ ਜਾਵੇ, ਅਕਾਲੀ ਦਲ ਦੇ ਜਿਹੜਾ ਹਲਕਾ ਇੰਚਾਰਜ ਜਿਹੜੇ ਦੀ ਗੱਲ ਕੀਤੀ ਜਾਵੇ MLA ਸਾਹਿਬਾਨ ਨੇ, ਕੀ ਸੰਦੇਸ਼ ਜਾਊਗਾ ਕਿ ਜਿਸ ਤਰ੍ਹਾਂ ਉਹ ਕਹਿ ਰਹੇ ਹਨ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ ਰਾਹੁਲ ਗਾਂਧੀ ਆਉਣ ਦਾ, ਕਿ ਉਹ ਜਿਹੜਾ ਕਿਸਾਨਾਂ ਦੇ ਵਿੱਚ ਬੈਠਣ ਤੋਂ ਉਸਨੂੰ ਕੀ ਸੰਕੇਤ ਕਹਿਣਾ ਚਾਹੁੰਦੇ ਆ? ਨਹੀਂ ਜੀ, ਦੇਖੋ, ਡਰਾਮੇਬਾਜ਼ੀ ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ ਜਦੋਂ ਕੱਲ੍ਹ ਹਰਸਿਮਰਤ ਬੀਬਾ ਜੀ ਨੇ ਅਸਤੀਫਾ ਦਿੱਤਾ
ਉਹਨੂੰ ਕਹਿੰਦੇ ਆ ਡਰਾਮੇਬਾਜ਼ੀ। ਰਾਹੁਲ ਗਾਂਧੀ ਜੀ ਇੱਕ ਲੋਕਾਂ ਦੇ ਵਿੱਚ ਸੰਦੇਸ਼ ਦੇਣ ਆ ਰਹੇ ਨੇ ਵੀ ਕਾਂਗਰਸ ਪਾਰਟੀ ਪਹਿਲਾਂ ਵੀ ਜ਼ਿਮੀਂਦਾਰਾਂ ਨਾਲ ਕਿਸਾਨਾਂ ਨਾਲ ਡੱਟ ਕੇ ਖੜੇ ਸੀਗੇ, ਆਉਣ ਵਾਲੇ ਸਮੇਂ ਦੇ ਵਿੱਚ ਵੀ ਖੜੂਗੇ। 2002 ਤੋਂ 2007 ਦੀ ਜੇ ਗੱਲ ਕਰੀਏ ਤੁਹਾਨੂੰ ਯਾਦ ਹੋਊਗਾ ਕੈਪਟਨ ਅਮਰਿੰਦਰ ਸਿੰਘ ਜੀ ਨੇ ਪਾਣੀ ਦੇ ਮੁੱਦਿਆਂ 'ਤੇ ਬਹੁਤ ਵੱਡਾ ਸਟੈਂਡ ਲਿਆ ਸੀਗਾ। ਅੱਜ ਵੀ ਕੈਪਟਨ ਅਮਰਿੰਦਰ ਸਿੰਘ ਜੀ ਜ਼ਿਮੀਂਦਾਰਾਂ ਦੇ ਨਾਲ ਡੱਟ ਕੇ ਖੜਨੇ। ਬਿਲਕੁਲ, ਜਿਸ ਤਰ੍ਹਾਂ ਜਿਹੜੀ ਹੈ ਰੈਲੀ ਜਿਹੜੀ ਹੈ ਉਹਦੀ ਸ਼ੁਰੂ ਹੋਵੇਗੀ, ਹਰਿਆਣਾ ਦੇ ਵਿੱਚ ਜਿਹੜੀ ਹੈ ਉਹ ਜਾ ਕੇ ਜਿਹੜੀ ਹੈ ਸਮਾਪਤ ਹੋਵੇਗੀ। ਸੋ ਇੱਕੋ ਹੀ ਮਕਸਦ ਹੈ ਜੋ ਕਿਸਾਨਾਂ ਦੇ ਜਿਹੜਾ ਮੰਗ ਨੇ, ਜੋ ਕਿਸਾਨਾਂ ਦੀ ਮੰਗ ਹੈ ਉਸਨੂੰ ਜਿਹੜਾ ਪੂਰਾ ਕੀਤਾ ਜਾਵੇ। ਪਟਿਆਲਾ ਤੋਂ ਕੈਮਰਾਮੈਨ ਕਮਲ ਦੇ ਨਾਲ ਅਮਰਜੀਤ ਸਿੰਘ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ। ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ।